ਸਰ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸੁਭਾਸ਼ ਸਿੰਘ ਹੈ। ਸਰ ਇਸ ਵਾਰ ਕਿਸ ਕੌਣ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਓਗੇ? ਕਾਂਗਰਸ ਪਾਰਟੀ ਨੂੰ। ਬਾਦਲ ਨੂੰ ਸੁਖਬੀਰ ਸਿੰਘ ਬਾਦਲ ਨੂੰ ਪਾਓਗੇ? ਅਸੀਂ ਵੋਟ ਪਾਣੀ ਮੋਦੀ ਨੂੰ ਮੂਣ ਜੀ। ਅੱਛਾ ਜੀ, ਪ੍ਰਧਾਨ ਮੰਤਰੀ ਮੋਦੀ ਨੂੰ ਮੂਣ ਪਾਣੀ ਹੈ। ਮੇਰੇ ਘਰ ਘਰ ਦੀ 45 ਵੋਟ ਦੇ ਬੱਚੇ ਜੋ ਕੰਮ ਮੋਦੀ ਕਰ ਸਕਦਾ ਕੋਈ ਨਹੀਂ ਕਰ ਸਕਦਾ। ਸਾਡੇ ਵਿਆਹ ਦੀ ਔਲਾਦ ਦੀ ਸਾਡੇ ਐਮਐਲਏ ਘਵਾਇਆ ਸਾਹਿਬ ਨੇ ਅੱਜ ਤੱਕ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ ਤੇ ਜਿਹੜੇ ਵੀ ਬੰਦੇ ਜਾਂਦੇ ਉਹਨਾਂ ਦਾ ਕੰਮ ਹੁੰਦਾ ਹੈ। ਅਸਲ ਇਹ ਸ਼ਹਿਰ ਦੇ ਵਿੱਚ 70% ਵੋਟ ਕਾਂਗਰਸ ਪਾਰਟੀ ਨੂੰ ਪਏਗੀ ਤੇ ਸ਼ੇਰ ਸਿੰਘ ਘਵਾਇਆ ਦੇ ਹੱਕ 'ਚ ਪਏਗੀ। ਸ਼ੇਰ ਸਿੰਘ ਗਵਾਏ ਨੂੰ ਪਾਵਾਂਗੇ। ਰਾਜ ਸਿੰਘ ਬਰਾਦਰੀ ਸਾਰੀ ਇੱਕ ਮੁੱਠ ਹੈ ਜੀ। ਕਾਂਗਰਸ ਪਾਰਟੀ ਜੀ, ਸਾਡੀ ਕਾਂਗਰਸ ਪਾਰਟੀ ਜੀ, ਸ਼ੁਰੂ ਤੋਂ ਲੈ ਕੇ ਕਾਂਗਰਸ ਪਾਰਟੀ ਜੀ, ਅਸੀਂ ਕਾਂਗਰਸ ਪਾਰਟੀ ਵੋਟ ਪਾਣੀ ਔਰ ਬਹੁਤ ਅੱਛੇ ਮਾਰਜਨ ਨਾਲ ਸ਼ੇਰ ਸਿੰਘ ਵਾਏ ਜਾਣਾ। ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਨੇ ਹੈ ਔਰ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਬਣਾਉਣਾ। ਅਗਲਾ ਦੇਸ਼ ਦਾ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜਾਣਗੇ। ਹਾਂ ਸਰ, ਇਸ ਵਾਰ ਵੋਟ ਕਿਸ ਨੂੰ ਪਾਓਗੇ? ਸ਼ੇਰ ਸਿੰਘ ਘੁਬਾਏ ਨੂੰ। ਵੋਟ ਕਿਸ ਨੂੰ ਪਾਓਗੇ ਇਸ ਵਾਰ? ਵੋਟ ਸ਼ੇਰ ਸਿੰਘ ਘੁਬਾਏ ਨੂੰ ਪਾਵਾਂਗੇ, ਕਿਉਂਕਿ ਬੰਦੇ ਬਹੁਤ ਸ਼ਰੀਫ ਆਦਮੀ ਤੇ ਜਿਸ ਵੇਲੇ ਵੀ ਕੋਈ ਕੰਮ ਹੁੰਦਾ ਇਹਨਾਂ ਨੇ ਅੱਧੀ ਰਾਤੀ ਵੀ ਫੋਨ ਕਰੀਏ ਉਸ ਵੇਲੇ ਸਾਡਾ ਫੋਨ ਚੱਕਦੇ ਹੁੰਦੇ। ਉਸ ਨੂੰ ਪਾਓਗੇ ਸਰ? ਸ਼ੇਰ ਸਿੰਘ ਘੁਬਾਏ ਨੂੰ। ਕਾਂਗਰਸ ਨੂੰ ਵੋਟ ਪਾਵਾਂਗੇ, ਦੂਜੇ ਰਾਹੁਲ ਗਾਂਧੀ ਦੇ ਹੱਥ ਮਜ਼ਬੂਤ ਕਰਾਂਗੇ। ਕੀ ਕੰਮ ਕੀਤਾ ਤੁਹਾਡੇ ਕੰਮ ਦਾ? ਹਾਂਜੀ, ਕੀ ਕੰਮ ਹੋਇਆ ਸਰ ਕਾਂਗਰਸ ਤੋਂ? ਸਾਡੇ ਲੋਨ ਮਾਫ ਹੋਏ ਨੇ ਤੇ ਸਾਨੂੰ ਜਿਹੜਾ ਮਤਲਬ ਕਿ ਸਾਨੂੰ ਗਰੀਬਾਂ ਨੂੰ ਜਿਹੜਾ 6000 ਮਹੀਨੇ ਸਾਨੂੰ ਮਿਲਦਾ, ਸਾਨੂੰ ਉਹ ਚਾਹੀਦਾ ਜਿਹੜਾ ਗਰੀਬਾਂ ਨੂੰ 500 ਦੇ ਕੇ ਮਹੀਨੇ ਦਾ 500 ਨੇ ਸਾਨੂੰ ਮਜ਼ਾਕ ਕਿਸਾਨਾਂ ਨਾਲ ਕੀਤਾ ਸੀ। ਸਾਡੇ ਨਾਲ ਮਜ਼ਾਕ ਕੀਤਾ ਸੀ, ਸਾਡੇ 15 ਹਰ ਗਰੀਬ ਵਰਗ ਨੂੰ ਲੈਣਾ ਵਿੱਚ ਇਹਨੇ ਲਾਇਆ, ਨੋਟਬੰਦੀ ਕੀਤੀ, ਸਾਰੇ ਗਰੀਬਾਂ ਨੇ ਆਸ ਰੱਖੀ ਵੀ ਸਾਨੂੰ ਕੋਈ ਮੰਨ ਲਓ ਵੀ 2-2 ਲੱਖ ਜਾਂ 3-3 ਲੱਖ ਖਾਤੇ ਪਾਵੇਗਾ ਤੇ ਅਸੀਂ ਉਹ ਵਹਿੰਦੇ ਰਹਿ ਗਏ। ਸਾਡੇ ਗਰੀਬਾਂ ਨੂੰ ਸਾਡੇ ਕੋਈ ਸ਼ਹਿਰ ਸਾਡੇ ਪੱਲੇ ਨਹੀਂ ਆਈ ਤੇ ਸਾਨੂੰ ਇੱਕ ਜਿਹੜਾ ਗਰੀਬਾਂ ਨੂੰ ਸਿਲੰਡਰ ਦਿੱਤੇ ਨੇ ਉਹਨਾਂ ਦੁੱਗਣੇ ਪੈਸੇ ਠੋਕੇ ਨੇ, ਉਹਨਾਂ ਦੁੱਗਣੇ ਪੈਸੇ ਸਾਨੂੰ ਲਾ ਕੇ ਇੱਕ ਪਾਸ ਦੇ ਕੇ ਦੂਜੇ ਪਾਸੋਂ ਨਿਕਾੜ ਲਏ। ਸਬਸਿਡੀ ਕਿਸੇ ਦੀ ਮਾਫ ਨਹੀਂ ਹੋਈ ਤੇ ਸਾਡਾ ਸਿਰ ਸਾਡੀ ਜੁੱਤੀ ਹੈ ਸਾਡੇ ਕੋਲ। ਅਸੀਂ ਉਹਨੂੰ ਬਣਾਇਆ, ਸਾਨੂੰ ਵੀ ਨਾਰਾ ਲਾਇਆ ਸੀ ਵੀ 15-15 ਲੱਖ ਰੁਪਇਆ ਖਾਤੇ 'ਚ ਪਾਵਾਂਗਾ। ਅਸੀਂ ਗਰੀਬ ਜਨਤਾ ਸਾਰੇ ਜੋ ਜੁੱਪੇ ਅਸੀਂ ਉਹਨੂੰ ਮੋਦੀ ਨੂੰ ਉੱਟ ਬਣਾਇਆ ਸਾਡੇ, ਉਸ ਤੋਂ ਬਾਅਦ ਸਾਡਾ ਕੋਈ ਕੰਮ ਹੱਲ ਹੋਇਆ ਹੀ ਨਹੀਂ।